ਹਰ ਬੰਦਾ ਆਪਣਾ ਕੰਮ ਕੀਤਾ ਕਰਦਾ ਉਹਦੀ ਮਰਜ਼ੀ ਆ ਉਹ ਪੁੱਛ ਵੀ ਸਲੀਵ ਜੇ ਪਾਣੀ ਅੰਦਰੋਂ ਮੁੱਕ ਗਿਆ ਜਮੇ ਟਰੈਕਟਰ ਖਾਲੀ ਹੋ ਗਿਆ ਸਲੀਵ ਖਰਾਬ ਹੋ ਜਾਂਦੀ ਫਿਰ ਮੈਂ ਪੰਪ ਐਡਵਾਂਸ ਹੁੰਦਾ ਸੀ ਉਹਦੇ ਕਰਕੇ ਟਰੈਕਟਰ ਓਵਰ ਹੀਟ ਹੋ ਜਾਂਦਾ ਸੀ ਅਗਰਾਲ ਜੀ ਸਾਰੇ ਸੱਜਣ ਮਿੱਤਰਾਂ ਨੂੰ ਕੀ ਹਾਲ ਚਾਲ ਭਾਈ ਰਾਜੀ ਬਾਜੀਓ ਸਾਰੇ ਬੇਨਤੀ ਇਹ ਆ ਜਿਹੜੇ ਸੱਜਣ ਮਿੱਤਰ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਮੇਰੇ ਨਾਲ ਬਹੁਤ ਮੈਨੂੰ ਚੰਗਾ ਸਮਝਦੇ ਨੇ ਚੈਨਲ ਦਾ ਜੁਆਇਨ ਦਾ ਜਿਹੜਾ ਉਹ ਕਰ ਸਕਦੇ ਨੇ ਜੁਆਇਨ ਦਾ ਜਿਹੜਾ ਲਿੰਕ ਆ ਉਹ ਥੱਲੇ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਪਹਿਲੇ ਨੰਬਰ ਤੇ ਆ ਉਹ ਤੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਨੇ ਜਿਨ੍ਹਾਂ ਕੋ ਆਈਫੋਨ ਟੈਲੀਫੋਨ ਆ ਉਹ ਗੂਗਲ ਕ੍ਰੋਮ ਚ ਜਾ ਕੇ ਡੈਕਸ ਡੈਸਕਟਾਪ ਸਾਈਟ ਸਿਲੈਕਟ ਕਰਕੇ ਉੱਥੋਂ ਹੋਊਗਾ ਆਈਫੋਨ ਟੈਲੀਫੋਨ ਚ ਹੁੰਦਾ ਨਹੀਂ ਜਾਂ ਕਿਸੇ ਜੇ ਹੋਰ ਫੋਨ ਚ ਨਾ ਹੋਵੇ ਅਗਲੀ ਗੱਲ ਬਹੁਤ ਧੰਨਵਾਦ ਆ ਜਿਹੜੀ ਵੀਡੀਓ ਨੂੰ ਪਿਆਰ ਦੇਣ ਵਾਸਤੇ ਜਿਨ੍ਹਾਂ ਨੇ ਪਿਆਰ ਦਿੱਤਾ ਜਿਹੜੇ ਬੰਦਿਆਂ ਨੂੰ ਨਾਰਾਜ਼ ਕੀ ਹੋਈ ਚਲੋ ਉਹਨਾਂ ਦਾ ਵੀ ਨਹੀਂ ਮੈਂ ਕੁਝ ਕਰ ਸਕਦਾ ਉਹਨਾਂ ਦਾ ਵੀ ਧੰਨਵਾਦ ਆ ਤੇ ਮੈਂ ਤਾਂ ਕਹਿਣਾ ਹੁੰਨਾ ਵੀ ਲੋਹੇ ਪਿੱਛੇ ਨਾ ਲੜਿਆ ਕਰੋ ਇਹਨਾਂ ਗੱਲਾਂ ਦਾ ਕੋਈ ਆਧਾਰ ਨਹੀਂ ਹਰ ਬੰਦਾ ਆਪਣਾ ਕੰਮ ਕੀਤਾ ਕਰਦਾ ਹੈ ਉਹਦੀ ਮਰਜ਼ੀ ਆ ਉਹ ਕੁਝ ਵੀ ਕਰ ਸਕਦਾ ਜੇ ਕਿਸੇ ਨੂੰ ਜਿਹਨਾਂ ਦੀ ਮੈਂ ਪ੍ਰੇਜ਼ ਕਰਦਾ ਉਹਨਾਂ ਟਰੈਕਟਰਾਂ ਤੋਂ ਪ੍ਰੋਬਲਮ ਆ ਚਾਹੇ ਉਹ ਸਵਰਾਜ ਨੂੰ ਪ੍ਰੀਤ ਨੂੰ ਜਿਹੜੇ ਨੂੰ ਮਰਜ਼ੀ ਅੱਗ ਲਾ ਕੇ ਵੀਡੀਓ ਪਾ ਦੇਣ ਮੈਨੂੰ 1% ਵੀ ਕੋਈ ਆਬਜੈਕਸ਼ਨ ਨਹੀਂ ਜੇ ਕੋਈ ਐਦਾਂ ਕਰਨਾ ਚਾਹੁੰਦਾ ਮੈਂ ਵੀਡੀਓ ਸ਼ੂਟ ਕਰ ਦੂੰ ਪਰ ਮੈਂ ਇਹ ਚਾਹੁੰਦਾ ਨਹੀਂ ਕੋਈ ਐਦਾਂ ਕਰੇ ਪਰ ਇਨ ਜਨਰਲ ਗੱਲ ਕਰ ਰਹੇ ਹਾਂ ਜੇ ਕਿਸੇ ਨੂੰ ਜ਼ਿਆਦਾ ਨਾਰਾਜ਼ਗੀ ਇਹਨਾਂ ਚੀਜ਼ਾਂ 'ਤੇ ਨਰਾਜ ਨਾ ਹੋਇਆ ਕਰੋ ਪੰਜਾਬੀ ਆਪਾਂ ਵੈਸੇ ਵੀ ਬਹੁਤ ਥੋੜੇ ਆ ਆਪਾਂ ਪਹਿਲਾਂ ਲੀਟਰਾਂ 'ਤੇ ਪਾਟੀ ਗਏ ਫਿਰ ਜਾਤਾਂ 'ਚ ਵੰਡ ਤੇ ਮਜਬਾਂ 'ਚ ਵੰਡ ਤੇ ਗੋਤਾਂ 'ਚ ਵੰਡ ਤੇ ਸਟੇਟਾਂ 'ਚ ਵੰਡ ਤੇ ਆਪਾਂ ਥੋੜੇ ਲੋਕ ਆ ਆਪਾਂ ਹੱਕ ਸੱਚ ਵਾਸਤੇ ਇਕੱਠੇ ਹੋ ਕੇ ਲੜਨਾ ਸਿੱਖੀਏ ਇਹਨਾਂ ਚੀਜ਼ਾਂ ਨੂੰ ਫਨ ਦੇ ਆਧਾਰ 'ਤੇ ਹੀ ਰੱਖੀਏ ਫਨ ਕੀਤਾ ਉੱਥੇ ਛੱਡ ਤਾ ਸੋ ਅਗਲੀ ਜਿਹੜੀ ਅੱਜ ਦੀ ਗੱਲ ਹੈ ਬਹੁਤ ਮੈਨੂੰ ਐਦਾਂ ਦੇ ਫੋਨ ਆਏ ਜਿਹੜੇ ਮੈਂ ਗਰਮ ਟਰੈਕਟਰ ਹੋਣ ਦੇ ਵੀਡੀਓ ਪਾਈ ਸੀ ਵੀ ਟਰੈਕਟਰ ਗਰਮ ਹੁੰਦੇ ਨੇ ਉਹਦਾ ਕੀ ਕਾਰਨ ਹੋ ਸਕਦਾ ਇਦਾਂ ਦੇ ਫੋਨ ਮੈਨੂੰ ਆਉਣੇ ਸ਼ੁਰੂ ਹੋ ਗਏ ਕਿ ਉਹ ਸਾਰਾ ਕੁਝ ਲੋਕਾਂ ਨੇ ਕਰਕੇ ਦੇਖ ਲਿਆ ਟਾਈਮ ਥਰਮੋਸਟੇਟ ਵਾਲਵ ਰੇਡੀਏਟਰ ਸਫਾਈ ਹੌਸ ਪੈਪ ਚੇਂਜ ਕਰ ਲੇ ਪਰ ਟਰੈਕਟਰ ਹਲੇ ਵੀ ਕਈ ਇਹੋ ਜਿਹੇ ਨੇ ਬਾਈ ਵੀ ਕਹਿੰਦੇ ਭਾਈ ਜੀ ਵੀ ਗਰਮ ਹੁੰਦਾ ਹਟਿਆ ਨਹੀਂ ਉਹਦੇ ਵਾਸਤੇ ਫਿਰ ਮੈਂ ਕੋਖ ਜਾਂਚ ਸ਼ੁਰੂ ਕੀਤੀ ਕੋਖ ਜਾਂਚ ਤੋਂ ਬਾਅਦ ਇਹ ਵੀਡੀਓ ਪਾਉਣੀ ਮੈਂ ਤੁਹਾਡੇ ਰੂਬਰੂ ਕਰ ਰਿਹਾ ਵੀ ਇੱਕ ਕਾਰਨ ਹੋਰ ਵੀ ਆ ਵੱਡਾ ਜਿਹੜਾ ਹੋ ਸਕਦਾ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਤੇ ਗੱਲ ਕਰਨੀਆਂ ਹੈ ਇੱਕ ਪਾਣੀ ਤੇ ਉਹ ਬਾਹਰ ਕਿਉਂ ਨਿਕਲਦਾ ਇੱਕ ਹੋਰ ਜਿਹੜੀ ਡੂੰਗੀ ਚੀਜ਼ ਆ ਉਹ ਤੁਹਾਨੂੰ ਅੱਗੇ ਡਿਟੇਲ ਚ ਜਾ ਕੇ ਦੱਸਦਾ ਜਿੰਨੇ ਵੀ ਸੱਜਣ ਕੋਈ ਹੁਣ ਕੰਬਾਈਨਾ ਤੇ ਟਰੈਕਟਰ ਚੜਾਉਣੇ ਨੇ ਉਹ ਇਹ ਵੀਰ ਵੀਡੀਓ ਜ਼ਰੂਰ ਦੇਖਣ ਜਿਨ੍ਹਾਂ ਦੇ ਇਸ ਕਿਸਮ ਦੀ ਕੋਈ ਸਮੱਸਿਆ ਆ ਰਹੀ ਆ ਜਾਂ ਜਿਨ੍ਹਾਂ ਨੇ ਟਰੈਕਟਰ ਮੁੱਲ ਲਿਆ ਨਵਾਂ ਨਹੀਂ ਕਢਾਇਆ ਹੋਇਆ ਸੀ ਬਾਅਦ ਚ ਲਿਆ ਉਹ ਇਹ ਸੱਜਣ ਜ਼ਰੂਰ ਵੀਡੀਓ ਦੇਖ ਲੈਣ ਮੈਂ ਤੁਹਾਨੂੰ ਟਰੈਕਟਰ ਦੇ ਬਾਈ ਜੀ ਕੋਲ ਜਾ ਕੇ ਸਾਰੀਆਂ ਗੱਲਾਂ ਸਮਝਾਉਣਾ ਇਹ ਵੀਡੀਓ ਥੋੜੀ ਜਿਹੀ ਬਾਈ ਬਣ ਕੇ ਲੰਬੀ ਹੋਊਗੀ ਇਹਨੂੰ ਡਿਟੇਲ ਮੁੱਢ ਤੋਂ ਲੈ ਕੇ ਸਿਰੇ ਤੱਕ ਜਰੂਰ ਦੇਖਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਨਿਹਰਾ ਪੁਰਾਣੀ ਮੇਰਾ ਮਨ ਨਹੀਂ ਹੁੰਦਾ ਕਿ ਮੈਂ ਉਹੀ ਵੀਡੀਓ ਪਾਈ ਜਾਵਾਂ ਮੈਂ ਤਾਂ ਆਹ ਵੀਡੀਓ ਪਾਉਣੀ ਚਾਹੁੰਨਾ ਪਰ ਇਹਨੂੰ ਲੋਕ ਕੀ ਆ ਘੱਟ ਦੇਖਦੇ ਨੇ ਠੀਕ ਆ ਜੀ ਚਲੋ ਟਰੈਕਟਰ ਦੇ ਕੋਲ ਚੱਲ ਕੇ ਮੈਂ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂ ਤਾਂ ਫਿਰ ਆਪਾਂ ਟਰੈਕਟਰ ਦੇ ਕੋਲ ਚੱਲੀਏ ਪਹਿਲਾਂ ਤਾਂ ਮੈਂ ਉਹ ਗੱਲਾਂ ਕਰ ਲਾਂ ਪਹਿਲਾਂ ਜਿਨ੍ਹਾਂ ਨੇ ਨਹੀਂ ਦੇਖੀ ਬਾਕੀ ਤਾਂ ਮੈਂ ਉਹਦਾ ਕਾਰਡ ਆ ਜਿਹੜਾ ਉਹ ਵੀਰੇ ਐਡ ਆਨ ਐਡ ਕਰ ਦੂੰਗਾ ਵਿੱਚ ਪਹਿਲਾਂ ਵਾਲੀ ਵੀਡੀਓ ਵੀ ਜੋੜ ਕੇ ਦੇਖ ਲਓ ਵੀ ਆਪਾਂ ਕੀ ਕੀ ਗੱਲਾਂ ਕਰੀਆਂ ਸੀ ਪਹਿਲਾ ਮੈਂ ਗੱਲਾਂ ਕੀਤੀ ਸੀ ਕਿ ਕੂਲੈਂਟ ਪਾਓ ਰੇਡੀਏਟਰ ਨੂੰ ਸਾਫ਼ ਰੱਖੋ ਹਾਊਸ ਪੈਪ ਚੈੱਕ ਕਰੋ ਥਰਮੋਸਟੇਟ ਵਾਲਵ ਬਹੁਤ ਜਲਦੀ ਖਰਾਬ ਹੋ ਜਾਂਦਾ ਥਰਮੋਸਟੇਟ ਵਾਲਵ ਆ ਲੱਗਿਆ ਹੁੰਦਾ ਹੈ ਯਾ ਮੇਰਾ ਖਿਆਲ ਆਹੀ ਹੈ ਥਰਮੋਸਟੇਟ ਵਾਲਵ ਖਰਾਬ ਹੋ ਜਾਂਦਾ ਇਹ ਵੀ ਗੱਲਾਂ ਤੂੰ ਧਿਆਨ ਆਪਾਂ ਨੇ ਰੱਖਣਾ ਹੈ ਥਰਮੋਸਟੇਟ ਵਾਲਵ ਖਰਾਬ ਹੋ ਜਾਂਦਾ ਫਿਰ ਮੈਂ ਪੰਪ ਐਡਵਾਂਸ ਹੁੰਦਾ ਸੀ ਉਹਦੇ ਕਰਕੇ ਟਰੈਕਟਰ ਓਵਰ ਹੀਟ ਹੋ ਜਾਂਦਾ ਸੀ ਅਗਲੀ ਗੱਲ ਮੈਂ ਕਹੀ ਸੀ ਹੈੱਡ ਦਾ ਗੈਸਕਟ ਹੈੱਡ ਦਾ ਗੈਸਕਟ ਲੀਕ ਹੋਣ ਨਾਲ ਵੀ ਟਰੈਕਟਰ ਜਿਹੜਾ ਉਹ ਗਰਮ ਹੁੰਦਾ ਹੈ ਉਹਦੇ ਵਿੱਚ ਜਿਹੜੀ ਸਮੱਸਿਆ ਆਪਾਂ ਨੂੰ ਆਉਂਦੀ ਹੈ ਪਰ ਸੱਜਣ ਮਿੱਤਰਾਂ ਨੇ ਉਹ ਸਾਰੀਆਂ ਗੱਲਾਂ ਕਰਕੇ ਦੇਖੀਆਂ ਬਹੁਤ ਇਹੋ ਜਿਹੇ ਕੇਸੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਟਰੈਕਟਰ ਜਿਹੜਾ ਉਹ ਗਰਮ ਹੋਣ ਤੋਂ ਆਪਣਾ ਹਟਿਆ ਨਹੀਂ ਐਜ਼ ਇਟ ਇਜ਼ ਗਰਮ ਹੋ ਹੀ ਗਿਆ 855 ਦੇ ਮੜੇ ਜਿੱਥੇ ਲਖਾਨ ਨੇ ਇਹਦੇ ਆਹ ਥਰਮੋਸਟੇਟ ਵਾਲਵ ਸੇਮ ਚੀਜ਼ ਹੈ ਮੈਂ ਇਹਦੇ ਤੇ ਵੀਡੀਓ ਪਾਉਣਾ ਉਹਦੇ ਤੇ ਜਗ੍ਹਾ ਘਟਾ ਦਿਖਦਾ ਨਹੀਂ ਆਹ ਥਰਮੋਸਟੇਟ ਵਾਲਵ ਹੈ ਇਹ ਚੇਂਜ ਕਰਨਾ ਜ਼ਰੂਰੀ ਹੈ ਜੇ ਕੋਈ ਗਰਮ ਹੁੰਦਾ ਖਰਾਬ ਹੋ ਜਾਂਦਾ ਰੇਡੀਏਟਰ ਆਗੇ ਹਾਊਸ ਪਾਈਪ ਆਪਣੇ ਆਗੇ ਇੱਕ ਸੱਚ ਗੱਲ ਕਰਾਂ ਪੱਖੀ ਦੀ ਕਈ ਵਾਰ ਪੱਖੀ ਕੰਮ ਛੱਡ ਜਾਂਦੀ ਆ ਜਾਂ ਹਾਈ ਰੇਸ ਤੇ ਜਾ ਕੇ ਜਦੋਂ ਆਪਾਂ ਕਈ ਬੰਦੇ ਕਹਿੰਦੇ ਨੇ ਭਾਈ ਸਲੋ ਰੇਸ ਤੇ ਸਹੀ ਚੱਲਦਾ ਜਦੋਂ ਆਰ ਪੀ ਐਮ ਜ਼ਿਆਦਾ ਹੋ ਜਾਂਦੇ ਨੇ ਫਿਰ ਗਰਮ ਹੁੰਦਾ ਆਰ ਪੀ ਐਮ ਜ਼ਿਆਦਾ ਤੇ ਪੱਖੀ ਚ ਵੀ ਪ੍ਰੋਬਲਮ ਆ ਸਕਦੀ ਐ ਇੱਥੇ ਰੇਡੀਏਟਰ ਲੱਗਿਆ ਹੁੰਦਾ ਵਾਟਰ ਸਪਰੇਡਰ ਆ ਜਿਹੜਾ ਪਾਣੀ ਨੂੰ ਥਰੋ ਕਰਦਾ ਵਿੱਚ ਕਮਾਉਂਦਾ ਫੋਟਾਂ ਵਿੱਚ ਦੀ ਪੱਖੇ ਵੀ ਆਪਾਂ ਚੈੱਕ ਕਰਾਉਣੀ ਆ ਪੱਖੀਆਂ ਦੇ ਵਿੱਚ ਵੀ ਆਮ ਸਮੱਸਿਆ ਆ ਜਾਂਦੀ ਆ ਉਹ ਤੋਂ ਬਾਅਦ ਸਿਰੇ ਵਾਲੀ ਗੱਲ ਤੱਤ ਨੂੰ ਮੈਂ ਬਾਅਦ ਵਿੱਚ ਦੱਸੂਗਾ ਇਹਦੇ ਤੇ ਮੈਂ ਥੋੜਾ ਸਮਝਾ ਦਿੰਨਾ ਹੈ ਹੈਡ ਗੈਸਕਟ ਲੀਕ ਹੋਣਾ ਅੱਜ ਜਿਹੜੇ ਨਵੇਂ ਟਰੈਕਟਰਾਂ ਦੇ ਵਿੱਚ ਸਮੱਸਿਆ ਆਈ ਉਹ ਕੀ ਆਈ ਹੈਡ ਗੈਸਕਟ ਮੰਨ ਲਓ ਇਹਦਾ ਜਾਂ ਕਿਸੇ ਵੀ ਹੋਰ ਟਰੈਕਟਰ ਦਾ ਸਵਰਾਜ ਦਾ ਤਾਂ ਥੋੜਾ ਸ਼ਿਮਬਾ ਇਹਦੇ ਘੱਟ ਪ੍ਰੋਬਲਮ ਆਉਂਦੀ ਆ ਆ ਇਹਦੇ ਵੀ ਸਕਦੀ ਆ ਇਹਦੇ ਨਾਲ ਕੀ ਹੋ ਗਿਆ ਪਹਿਲਾਂ ਜਿਹੜਾ ਆਪਾਂ ਕੀ ਚੈੱਕ ਕਰਦੇ ਹੁੰਦੇ ਸੀ ਆਪਾਂ ਟੱਕਣ ਖੋਲ ਲੈਂਦੇ ਤੇ ਟੱਕਣ ਦੇ ਵਿੱਚ ਜਦੋਂ ਪੱਖੀ ਨਾਰਮਲ ਚੱਲਦੀ ਹੈ ਨਾ ਪਾਣੀ ਹੈ ਘੁੰਮਦਾ ਵਿੱਚ ਦੀ ਇੱਕ ਵਰਲਪੂਲ ਟਾਈਪ ਇੱਕ ਘੁੰਮਣ ਘੇਰੀ ਬਣਾਉਂਦਾ ਪਰ ਘੁੰਮਣ ਘੇਰੀ ਦੇ ਨਾਲ ਇਹਦੇ ਵਿੱਚ ਬੁਲਬਲੇ ਨਹੀਂ ਹੋਣੇ ਚਾਹੀਦੇ ਹੁਣ ਇੱਕ ਤਾਂ ਰੈਡੀਏਟਰਾਂ ਦੇਖੋ ਬਣਤਰ ਬਣ ਗਈ ਆ ਦੇਖੋ ਕਿਹ ਹੈ ਜਾਂ ਗਲ ਜਾ ਇੱਥੋਂ ਦਿਖਦਾ ਕੁਝ ਨਹੀਂ ਟਰੈਕਟਰ ਦੇ ਵਿੱਚ ਪਾਣੀ ਉਹ ਨਹੀਂ ਦਿੰਦਾ ਬੰਦਿਆਂ ਨੂੰ ਇਹਦੇ ਵਿੱਚ ਕੀ ਆਪਾਂ ਦੇਖਦੇ ਹੁੰਦੇ ਸੀ ਬੁਲਬਲੇ ਦੇਖਦੇ ਹੁੰਦੇ ਸੀ ਜੇ ਬੁਲਬਲੇ ਆਉਂਦੇ ਨੇ ਉਤੋਂ ਗੈਸ ਲੀਕ ਗਰਮ ਹੁੰਦੀ ਆ ਪਾਣੀ ਨੂੰ ਬਾਹਰ ਕੱਢੀ ਜਾਂਦੀ ਆ ਅੱਗੇ ਕੀ ਹੁੰਦਾ ਸੀ ਆਹ ਪਾਈਪ ਨਹੀਂ ਸੀ ਆਹ ਟੰਕੀ ਨਹੀਂ ਸੀ ਲੱਗੀ ਹੁੰਦੀ ਹੁਣ ਕੀ ਹੋ ਗਿਆ ਆਹ ਇਹ ਤੋਂ ਆਹ ਅਟੈਚ ਆ ਦੇਖੋ ਧਿਆਨ ਕਰੋ ਆਹ ਇਹਦੇ ਨਾਲ ਆ ਜਿਹੜੀ ਉਹ ਅਟੈਚ ਕੀਤੀ ਹੋਈ ਅਟੈਚ ਹੋਣ ਦਾ ਕਾਰਨ ਕੀ ਆ ਜਦੋਂ ਕੋਈ ਬੁਲਬਲਾ ਜਾਂ ਗੈਸ ਬਣਦੀ ਆ ਪਾਣੀ ਸਾਰਾ ਇੱਧਰ ਨੂੰ ਆਉਂਦਾ ਮੈਨੂੰ ਬਹੁਤ ਬੰਦਿਆਂ ਦੇ ਫੋਨ ਆਏ ਕਬੀਰ ਸੀ ਉਹਨਾਂ ਕੋ ਜੌਂਡੀਆ ਟਰੈਕਟਰ ਹੈ ਉਹ ਕੰਬਾਈਨ ਤੇ ਚੜਾਉਂਦੇ ਸੀ ਬਹੁਤ ਕਹਿੰਦਾ ਬਈ ਟਰੈਕਟਰ ਬੰਬਾ ਪੂਰਾ ਵਧੀਆ ਚੱਲਦਾ ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਯਾਰ ਪਾਣੀ ਆ ਜਿਹੜਾ ਟੈਂਕੀ ਦੇ ਵਿੱਚੋਂ ਬਾਹਰ ਗੱਡੀ ਜਾਂਦਾ ਹੁਣ ਦੇਖੋ ਆਪਾਂ ਨੂੰ ਇਹ ਹੁੰਦਾ ਕਿ ਇੱਧਰੋਂ ਪਾਣੀ ਬਾਫਰ ਆ ਬਾਧੂ ਪਾਣੀ ਇਹ ਟੈਂਕੀ ਚੋਂ ਕੱਢ ਰਿਹਾ ਅਸਲ ਚ ਇਦਾਂ ਹੁੰਦਾ ਨਹੀਂ ਜੇ ਆਪਾਂ ਹੁਣ ਲੱਗੀਆਂ ਟੈਂਕੀਆਂ ਬੰਦਾ ਧਿਆਨ ਨਹੀਂ ਕਰਦਾ ਅੱਗੇ ਤਾਂ ਰੇਡੀਏਟਰ ਖੋਲ੍ਹ ਕੇ ਦੇਖ ਲੈਂਦੇ ਹੁੰਦੇ ਸੀ ਹਾਲੇ ਕਹਿੰਦਾ ਬਾਧੂ ਪਾਣੀ ਇੱਧਰੋਂ ਆ ਗਿਆ ਕੱਢ ਤਾ ਪਰ ਹੁਣ ਜਿਹੜੀ ਹਵਾ ਗੈਸਕਟ ਲੀਕ ਹੋਣ ਨਾਲ ਬਣਦੀ ਆ ਇਹ ਚੋਂ ਹਵਾ ਹੁੰਦੀ ਆ ਇਹ ਟਰੋ ਪਾਣੀ ਚੱਕ ਕੇ ਲਿਆ ਕੇ ਟੈਂਕ ਚ ਸਿੱਟਣ ਲੱਗ ਜਾਂਦੀ ਹੈ ਟੈਂਕ ਦੀ ਆਪਾਂ ਗੌਰ ਨਹੀਂ ਕਰਦੇ ਵੀ ਪਾਣੀ ਆ ਜਿਹੜਾ ਉਹ ਵਾਧੂ ਹੋਊਗਾ ਜਿਹੜਾ ਟਰੈਕਟਰ ਕੋਈ ਟੈਂਕ ਦੇ ਵਿੱਚੋਂ ਪਾਣੀ ਜੇ ਤਾਂ ਇੱਕ ਲਿਮਿਟਡ ਕੱਢਦਾ ਵੀ ਥੋੜਾ ਜਿਹਾ ਕੱਢਦਾ ਬਫਰ ਚੋਂ ਕੱਢਦਾ ਉਹ ਤੋਂ ਬਾਅਦ ਉਹਨੂੰ ਕੱਢਣਾ ਨਹੀਂ ਚਾਹੀਦਾ ਜੇ ਹੁਣ ਤੁਹਾਡਾ ਟੈਂਕ ਚੋਂ ਹੀ ਪਾਣੀ ਕੱਢੀ ਜਾਂਦਾ ਤਾਂ ਇਟਸ ਵੈਰੀ ਕਲੀਅਰ ਕਿ ਟਰੈਕਟਰ ਦੇ ਹੈੱਡ ਦੇ ਵਿੱਚ ਪ੍ਰੋਬਲਮ ਆ ਗੈਸਕਟ ਫਟ ਗਿਆ ਉਹਦੀ ਜਿਹੜੀ ਗੈਸ ਹੈ ਉਹ ਲੀਕ ਹੁੰਦੀ ਹੈ ਪਾਣੀ ਵਾਲੀ ਗੱਲ ਹੋਗੀ ਪੱਖੀ ਦਾ ਵੀ ਦੱਸਤਾ ਕਈ ਵਾਰ ਓਵਰ ਚੱਕਰਾਂ ਤੇ ਜਾ ਕੇ ਕੰਮ ਛੱਡਣ ਲੱਗ ਜਾਂਦੀ ਆ ਥਰਮੋਸਟੇਟ ਵਾਲਵ ਦੀ ਵੀ ਗੱਲ ਹੋਗੀ ਰੇਡੀਏਟਰ ਚ ਪ੍ਰੋਬਲਮ ਦੀ ਵੀ ਗੱਲ ਹੋਗੀ ਪੰਪ ਦੀ ਟਾਈਮਿੰਗ ਦੀ ਵੀ ਗੱਲ ਹੋਗੀ ਇੱਕ ਗੱਲ ਇਹਦੇ ਵਿੱਚ ਐਂਡ ਵਾਲੀ ਸਭ ਤੋਂ ਮੇਨ ਤੇ ਜ਼ਰੂਰੀ ਗੱਲ ਰਹੇਗੀ ਜਿਹੜੀ ਛੇਤੀ ਕੀਤਿਆਂ ਕਿਸੇ ਨੂੰ ਨਹੀਂ ਸਮਝ ਆਉਂਦੀ ਮੈਨੂੰ ਬੰਦੇ ਫੋਨ ਕਰੀ ਜਾਂਦੇ ਨੇ ਫਿਰ ਬੇਨਤੀ ਆ ਵੀ ਐਦਾਂ ਫੋਨ ਨਾ ਕਰਿਆ ਕਰੋ ਐ ਕੁਝ ਨਹੀਂ ਮੈਂ ਦੱਸ ਸਕਦਾ ਤੁਹਾਨੂੰ ਐਦਾਂ ਨਹੀਂ ਪਤਾ ਲੱਗਦਾ ਬਿਨਾਂ ਦੇਖੇ ਸੋ ਜੇ ਟਰੈਕਟਰ ਫੇਰ ਵੀ ਤੁਹਾਡਾ ਗਰਮ ਹੋਣੋਂ ਨਹੀਂ ਹਟਦਾ ਉਹਦੇ ਵਿੱਚ ਪ੍ਰੋਬਲਮ ਹੁੰਦੀ ਹੈ ਇੱਕ ਪਿੱਛੇ ਜਿ ਇੱਕ ਗੱਲ ਕੀ ਆਈ ਮੈਨੂੰ ਕਿਸੇ ਬੰਦੇ ਦਾ ਫੋਨ ਆਇਆ ਕਹਿੰਦੇ ਭਾਈ ਟਰੈਕਟਰ ਆ ਇੱਕ ਵਾਰੀ ਉਹ ਗਰਮ ਹੋ ਗਿਆ ਸੀ ਉਹ ਤੋਂ ਬਾਅਦ ਉਹ ਗਰਮ ਹੋਣੋਂ ਨਹੀਂ ਹਟਿਆ ਅਸੀਂ ਉਹਦੀ ਪੱਖੀ ਚੇਂਜ ਕਰਤੀ ਅਸੀਂ ਉਹਦਾ ਰੈਡੀਏਟਰ ਪੰਜੇ ਵਾਰ ਸਾਰਾ ਕੁਝ ਹੀ ਕਰ ਲਿਆ ਜੋ ਵੀ ਮੈਂ ਦੱਸਿਆ ਉਹਦੇ ਵਿੱਚ ਕੀ ਹੁੰਦਾ ਜਾਂ ਇਹ ਕਿਹੜੇ ਟਰੈਕਟਰ 'ਚ ਸਮੱਸਿਆ ਆਉਂਦੀ ਆ ਜਾਂ ਤਾਂ ਤੁਹਾਡੇ ਕੋਲ ਟਰੈਕਟਰ ਕੋਈ ਗਰਮ ਹੋ ਗਿਆ ਬਹੁਤ ਜ਼ਿਆਦਾ ਗਰਮ ਹੋਣ ਉਹ ਕਿਹੜੇ ਚਾਂਸਾਂ 'ਚ ਕਿੱਦਾਂ ਉਹਦੇ ਚਾਂਸਸ ਵੱਧਦੇ ਨੇ ਦੇਖੋ ਜਿਹੜਾ ਟਰੈਕਟਰ ਤਾਂ ਪਾਣੀ ਮੰ ਅੰਦਰ ਹੈਗਾ ਰੇਡੀਏਟਰ ਚ ਘੁੰਮਦਾ ਉਹ ਗਰਮ ਹੋਇਆ ਉਹ ਤਾਂ ਚਾਂਸ ਹੁੰਦੇ ਨੇ ਬਹੁਤ ਘੱਟ ਸਲੀਵ ਦੇ ਖਰਾਬ ਹੋਣ ਦੇ ਜਾਂ ਰਿੰਗਾ ਦੇ ਖਰਾਬ ਹੋ ਜਾਣ ਦੇ ਸਲੀਵ ਜ਼ਿਆਦਾਤਰ ਖਰਾਬ ਹੁੰਦੀ ਆ 95% ਸਲੀਵ 'ਚ ਪ੍ਰੋਬਲਮ ਆਉਂਦੀ ਆ ਸਲੀਵ ਜੇ ਪਾਣੀ ਅੰਦਰੋਂ ਮੁੱਕ ਗਿਆ ਜਮੇ ਟਰੈਕਟਰ ਖਾਲੀ ਹੋ ਗਿਆ ਸਲੀਵ ਖਰਾਬ ਹੋ ਜਾਂਦੀ ਆ ਜੇ ਟਰੈਕਟਰ ਦੇ ਅੰਦਰ ਦੀ ਪਾਣੀ ਹੈਗਾ ਸ਼ੇਤੀ ਕੀਤੇਆਂ ਫਿਰ ਸਲੀਬ ਨਹੀਂ ਖਰਾਬ ਹੁੰਦੀ ਉਹ ਸਲੀਬ ਖਰਾਬ ਕਦ ਹੁੰਦੀ ਹੈ ਸਲੀਬ ਮਾੜੇ ਮੋٹے ਟਰੈਕਟਰ ਗਰਮ ਹੋਣਾ ਨਹੀਂ ਹੁੰਦੀ ਸਲੀਬ ਉਦੋਂ ਖਰਾਬ ਹੁੰਦੀ ਹੈ ਜਦੋਂ ਰੇਡੀਏਟਰ ਚੋਂ ਪਾਣੀ ਖਤਮ ਹੋ ਗਿਆ ਤੇ ਟਰੈਕਟਰ ਇੰਨਾ ਕੁ ਜ਼ਿਆਦਾ ਗਰਮ ਹੋ ਗਿਆ ਫਿਰ ਤਾਂ ਪਿਸਟਨ ਵੀ ਪਿੰਗਲ ਜਾਂਦਾ ਹੈ ਕਈ ਵਾਰੀ ਇੰਨਾ ਜ਼ਿਆਦਾ ਗਰਮ ਹੋ ਜਾਂਦਾ ਉਹ ਜਿਹੜੇ ਚਾਂਸਸ ਨੇ ਹੈਗੇ ਤਾਂ ਹੈਗੇ ਨੇ ਉਹ ਕੋਈ ਹਜ਼ਾਰ ਚੋਂ 1 ਅੱਧਾ ਪਰਸੈਂਟ ਕੇਸ ਹੁੰਦਾ ਕੋਈ ਐਦਾਂ ਦਾ ਨਹੀਂ ਇੰਨਾ ਟਰੈਕਟਰ ਗਰਮ ਹੋ ਗਿਆ ਪਰ ਜੇ ਤੁਹਾਡਾ ਟਰੈਕਟਰ ਕਿਹਨਾ ਚੀਜ਼ਾਂ ਤੋਂ ਬਾਅਦ ਗਰਮ ਹੋਣ ਤੋਂ ਹਟਿਆ ਹੀ ਨਹੀਂ ਤਾਂ ਉਹਦਾ ਮੇਨ ਰੀਜ਼ਨ ਕੀ ਆ ਉਹਦੀ ਕੋਈ ਨਾ ਕੋਈ ਇੱਕ ਦੋ ਜਾਂ ਸਾਰੀ ਉਹਦੀ ਸਲੀਵ ਖਰਾਬ ਹੋ ਗਈ ਸਲੀਵ ਅਸਲ ਚ ਹੁੰਦੀ ਕੀ ਆ ਆ ਜਿਹੜੀ ਇੱਥੇ ਸਲੀਵ ਚੱਲਦੀ ਆ ਸਲੀਵ ਚ ਇੱਕ ਪਾਲਿਸ਼ ਹੈ ਰਿੰਗਾਂ ਨਾਲ ਉਹਦੇ ਖਹਿ ਕੇ ਚੱਲਦੇ ਨੇ ਅੰਦਰ ਉਹ ਲੂਬ੍ਰੀਕੇਸ਼ਨ ਚ ਹੁੰਦਾ ਉਹ ਤਿਲਕਣੀ ਸਲੀਵ ਆ ਉਹ ਚ ਇੱਕ ਪਾਲਿਸ਼ ਆ ਤਿਲਕ ਤਿਲਕ ਕੇ ਰਿੰਗ ਮਗਲ ਲ ਉਹਨੂੰ ਲੱਗਦਾ ਹੈ ਤਿਲਕ ਤਿਲਕ ਕੇ ਪਿਸਟਨ ਉਹ ਚ ਚੱਲਦਾ ਉਹਦੇ ਚ ਕੋਈ ਘਰਸ਼ਨ ਜੇ ਫ੍ਰਿਕਸ਼ਨ 1% ਵੀ ਨਹੀਂ ਹੁੰਦੀ ਜੇ ਫ੍ਰਿਕਸ਼ਨ ਹੋਊਗੀ ਟਰੈਕਟਰ ਚੱਲੇ ਨਹੀਂ ਸਕਦਾ 500 ਘੰਟਾ ਜਾਂ 50 ਘੰਟੇ ਚੱਲ ਕੇ ਟਰੈਕਟਰ ਸੀਜ਼ ਹੋ ਜਾਊਗਾ ਉਹਦੇ ਵਿੱਚ ਬਿਲਕੁਲ ਫ੍ਰਿਕਸ਼ਨ ਨਹੀਂ ਹੁੰਦੀ ਫ੍ਰਿਕਸ਼ਨ ਕੀ ਆ ਖੈਣਸ਼ਕ ਕਹਿੰਦਾ ਨਹੀਂ ਹੋ ਬਿਲਕੁਲ ਪੁਆਇੰਟ ਸਿੱਧੇ ਸਾਈਜ਼ ਉਹਨੂੰ ਆਇਲ ਇੰਜਨ ਆਇਲ ਦੀ ਲੂਬ੍ਰੀਕੇਸ਼ਨ ਹੁੰਦੀ ਆ ਸਲੀਵ ਨੂੰ ਐਸ ਕਿਸਮ ਦੀ ਪਾਲਿਸ਼ ਹੁੰਦੀ ਆ ਜਿਵੇਂ ਆ ਮੰਨ ਲਓ ਪਾਲਿਸ਼ ਆ ਦੇਖੋ ਐ ਐ ਤਾਂ ਹੱਥ ਤਿਲਕਦਾ ਇਹਦੇ ਨਾਲ ਕੋਈ ਵੀ ਚੀਜ਼ ਐ ਆਇਲ ਵਾਲੀ ਗਿੱਲੀਆਂ ਚੱਲੂ ਗਿਆ ਤਾਂ ਤਿਲਕੀ ਜਾਊਗੀ ਪਰ ਜੇ ਤੇ ਤੇ ਰੇਗਮਾਰ ਵਾਂਗੂ ਖੈਣ ਲੱਗ ਜੂਗੇ ਉਹਨੂੰ ਵੱਢੂਗੀ ਸੇਮ ਇਹੀ ਚੀਜ਼ ਇੰਜਣਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਟਰੈਕਟਰ ਥੋੜਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਉਹਦੀ ਸਲੀਵ ਖਰਾਬ ਹੋ ਜਾਂਦੀ ਆ ਭਾਈ ਜੀ ਸਲੀਵ ਖਰਾਬ ਨਾ ਹੋਣ ਨਾਲ ਉਹਦੀ ਪਾਲਿਸ਼ ਖਰਾਬ ਹੋ ਜਾਂਦੀ ਆ ਜਾਂ ਉਹਦਾ ਸਾਈਜ਼ੇ ਖਰਾਬ ਹੁੰਦਾ ਜਾਂ ਉਹ ਮਣੀ ਮੋਟੀ ਪਿੰਗਲੇ ਜਾਂਦੀ ਆ ਮਤਲਬ ਕਿ ਸਲੀਵ ਡੈਮੇਜ ਹੋ ਜਾਂਦੀ ਆ ਡੈਮੇਜ ਹੋਣ ਨਾਲ ਜਦੋਂ ਪਿਸਟਨ ਉਹਦੇ ਵਿੱਚ ਚੱਲਦਾ ਰਿੰਗ ਚੱਲਦੇ ਨੇ ਉਹ ਖੈਂਦੇ ਨੇ ਉਹ ਕਹਿੰਦਾ ਜਦੋਂ ਰਿੰਗ ਉਹਦੇ ਨਾਲ ਟਰੈਕਟਰ ਜਦੋਂ ਤਾਂ ਖਾਲੀ ਲੋਡ ਤੇ ਹੁੰਦਾ ਉਹਦੋਂ ਦਾ ਗਰਮ ਨਹੀਂ ਹੁੰਦਾ ਆਰਾਮ ਨਾਲ ਚੱਲਦਾ ਜਦੋਂ ਆਪਾਂ ਰੇਸ ਦੰਨੇ ਆ ਥੋੜਾ ਜਿਹਾ ਥੋੜੀ ਜਿਹੀ ਰੇਸ ਦੰਨੇ ਔਖ ਕਹਿਣ ਸ਼ਕਤੀ ਉਹਦੀ ਬਹੁਤ ਜ਼ਿਆਦਾ ਵੱਜ ਜਾਂਦੀ ਆ ਕਹਿਣ ਸ਼ਕਤੀ ਵਧਣ ਕਾਰਨ ਉਹ ਸਲੀਵ ਆ ਜਿਹੜੀ ਅੱਗ ਵਰਗੀ ਲਾਲ ਗਰਮ ਹੋਣ ਲੱਗ ਪੈਂਦੀ ਸਲੀਵ ਗਰਮ ਹੋਣ ਨਾਲ ਜਦੋਂ ਸਲੀਵ ਲਾਲ ਹੋ ਗਈ ਫੇਰ ਤੁਸੀਂ ਜਿੰਨਾ ਮਰਜ਼ੀ ਪਾਣੀ ਪਾ ਲਓ ਜਿਹੜਾ ਮਰਜ਼ੀ ਬਾਲ ਕੱਢ ਲਓ ਜਿਹੜਾ ਮਰਜ਼ੀ ਕੂਲੈਂਟ ਪਾ ਲਓ ਕੋਈ ਫਰਕ ਨਹੀਂ ਪੈਣਾ ਸਲੀਵ ਜਦੋਂ ਡੈਮੇਜ ਹੋ ਗਈ ਇੰਨੀ ਛੇਤੀ ਉਹ ਲਾਲ ਹੁੰਦੀ ਆ ਇੰਨੇ ਗਰਮ ਹੋ ਜਾਂਦੀ ਆ ਉਹਦੇ ਨਾਲ ਸਲੀਪਾ ਬਲਾ ਗਰਮ ਹੁੰਦਾ ਵਾਲੇ ਵਾਲੇ ਪਾਣੀ ਘੁੰਮਣ ਵਾਲਾ ਟਰੈਕਟਰ ਦਾ ਮੀਟਰ ਜਦਿਆਂ ਸਿਰੇ ਸਮਝਿਓ ਗੱਲ ਸਲੀਪ ਦਾ ਇਹ ਕਾਰਨ ਹੁੰਦਾ ਜੇ ਤੁਸੀਂ ਸਾਰੇ ਹੀਲੇ ਵਰਤ ਕੇ ਦੇਖ ਲੇ ਇਹ ਜਿਹੜੇ ਮਸ਼ੀਨ ਤੇ ਚੜਾਉਂਦੇ ਨੇ ਵੀਰ ਜਾਂ ਤੂੜੀ ਵਾਲਿਆਂ ਤਾਂ ਚਾਉਂਦੇ ਜਾਂ ਹਾਈ ਲੋਡ ਤੇ ਚਲਾਉਂਦੇ ਨੇ ਇਹ ਗੱਲ ਮੇਰਾ ਵੀਰ ਧਿਆਨ ਕਰ ਲੈਣ ਜ਼ਰੂਰੀ ਨਹੀਂ ਕਿ ਹਰ ਗੱਲ ਮਿਸਤਰੀ ਉਹ ਹੱਲ ਕਰੇ ਕਿਉਂਕਿ ਇਹੋ ਜੇ ਮੇਰੇ ਕੋਲ ਵੀ ਕੇਸ ਆਏ ਨੇ ਸਾਡਾ ਇੱਕ ਕੇਸ ਸੁਲਝ ਗਿਆ ਇੱਕ ਟਰੈਕਟਰ ਲੋਟੇ ਨਾ ਆਵੇ ਸਾਡੇ ਕੰਨਾਂ ਨੂੰ ਹੱਥ ਲਵਾ ਤੇ ਖਰਾਬ ਉਹਦੀ ਸਲੀਪ ਸੀ ਸਲੀਵ ਕਿਵੇਂ ਖਰਾਬ ਹੁੰਦੀ ਆ ਟਰੈਕਟਰ ਇੱਕ ਅੱਧੀ ਵਾਰ ਗਰਮ ਹੋ ਕੇ ਸਲੀਵ ਦਾ ਸਾਈਜ਼ ਜਾਂਦੀ ਪਾਲਸ ਜਾਂਦੀ ਡੈਮੇਜ ਹੋ ਜਾਂਦੀ ਆ ਉਹ ਤੋਂ ਬਾਅਦ ਟਰੈਕਟਰ ਜਦੋਂ ਚੱਲਦਾ ਉਹਦੇ ਵਿੱਚ ਘਰਸ਼ਨ ਪੈਦਾ ਹੁੰਦਾ ਸਲੀਵ ਗਰਮ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਖਰੜੜੀ ਹੋ ਜਾਂਦੀ ਉਹ ਖਰੜੜੀ ਹੋਣ ਨਾਲ ਟਰੈਕਟਰ ਗਰਮ ਹੋ ਜੀ ਜਾਂਦਾ ਤੁਹਾਨੂੰ ਪਤਾ ਨਹੀਂ ਲੱਗਦਾ ਆਪਾਂ ਕਦੇ ਬਾਲ ਉਹਦੇ ਨਾਲ ਤੁਸੀਂ ਕੁਛ ਕੱਢੀ ਜਾਏ ਉਹ ਤੁਹਾਡਾ ਕੋਈ ਕੁਝ ਨਹੀਂ ਹੋਣਾ ਉਹ ਤੁਹਾਨੂੰ ਇੰਜਨ ਹੀ ਪਟਾਉਣਾ ਪੈਣਾ ਰਿੰਗ ਸਲੀਪਾਂ ਪਿਸਟਨ ਜੋ ਵੀ ਉਹ ਬਾਤੀਆਂ ਗੱਲਾਂ ਨੇ ਉਹ ਤੁਸੀਂ ਆਪਣੇ ਜਿਹੜਾ ਤੁਹਾਡਾ ਨੇੜਲਾ ਕੋਈ ਮਿਸਤਰੀ ਆ ਉਹਦੇ ਨਾਲ ਸਲਾਹ ਕਰ ਸਕਦੇ ਹਾਂ ਵੀ ਕੀ ਇਹ ਚ ਬਾਈ ਗੱਲ ਹੈ ਕੀ ਇਹ ਚ ਬਾਤ ਹੈ ਸੋ ਬੇਨਤੀ ਕੀ ਹੈ ਇਸ ਵੀਡੀਓ ਪਾਉਣ ਦੀ ਕਿ ਜਿਨ੍ਹਾਂ ਦਾ ਸੱਜਣਾ ਦਾ ਟਰੈਕਟਰ ਗਰਮ ਹੋਣ ਤੋਂ ਇਹ ਹੀਲੇ ਵਰਤ ਕੇ ਤੁਸੀਂ ਦੇਖ ਲੈ ਨਹੀਂ ਹਟਦਾ ਤਾਂ ਉਹਦੀ ਸਲੀਵ ਖਰਾਬ ਆ ਇੱਕ ਮੇਨ ਗੱਲ ਮੈਂ ਦੁਬਾਰੇ ਫੇਰ ਰਿਪੀਟ ਕਰ ਦਿੰਦਾ ਵੀਰੇ ਜੇ ਆ ਧਿਆਨ ਜ਼ਰੂਰ ਰੱਖਿਓ ਜੇ ਇੱਥੋਂ ਆ ਤੁਹਾਡੀ ਟੈਂਕ ਪਾਣੀ ਕੱਢੀ ਜਾਂਦਾ ਸਮਝ ਲਓ ਤੁਹਾਡਾ ਗੈਸ ਆਉਂਦੀ ਆ ਹੈਡ ਚ ਹੈੱਡ ਵਾਲੀ ਗੈਸ ਹੈ ਚ ਆਉਂਦੀ ਆ ਇਹਦਾ ਫਰਕ ਇਹ ਪੈ ਗਿਆ ਪਹਿਲਾਂ ਟੈਂਕੀਆਂ ਨਹੀਂ ਸੀ ਸਾਲਾ ਜੱਬ ਹੁੰਦਾ ਹੁਣ ਨਵੀਂ ਨਵੀਂ ਟੈਕਨੋਲੋਜੀ ਲੱਗ ਗਈ ਟੈਂਕੀਆਂ ਕਰਕੇ ਪਤਾ ਨਹੀਂ ਲੱਗਦਾ ਪਤਲੇ ਪਤਲੇ ਜੇ ਗਲੇ ਲਾ ਤੇ ਦਿਖਦਾ ਕੁਛ ਨਹੀਂ ਹੁਣ ਇਹਨਾਂ ਵਿੱਚੇ ਸਿੱਧਾ ਬੁਲਬਲੇ ਵੀ ਨਹੀਂ ਹੁਣ ਦੇਖਦੇ ਇਹਨਾਂ ਵਿੱਚ ਬਸ ਪਾਣੀ ਧੱਕੀ ਜਾਂਦਾ ਉਹ ਇਧਰ ਨੂੰ ਗੈਸ ਇਧਰੋਂ ਆ ਕੇ ਰੈਡੀਏਟਰ ਚ ਉਹ ਵੀ ਇੱਕ ਵੱਡਾ ਕਾਰਨ ਆ ਜਿਹੜਾ ਛੇਤੀ ਕੀਤੇ ਗਏ ਤੇ ਸਮਝ ਨਹੀਂ ਆਉਂਦਾ ਤੇ ਆ ਜਿਹੜਾ ਸਲੀਬ ਦਾ ਕਾਰਨ ਆ ਉਹ ਤੁਹਾਡਾ ਇੰਜਣ ਹੋਊਗਾ ਜੇ ਤੁਸੀਂ ਟਾਇਰ ਟਰੈਕਟਰ ਕੋਈ ਮੁੱਲ ਲਿਆ ਪਹਿਲਾਂ ਚੱਲਿਆ ਵਾ ਗਰਮ ਗਰਮ ਹੋਇਆ ਵਾ ਉਹ ਕਣਿਆ ਲਾ ਦੇਣ ਅਗਲੀ ਗੱਲ ਆ ਉਹਦਾ ਪਤਾ ਉਹਦਾ ਪਤਾ ਬਾਈ ਜੀ ਕੋਈ ਨਹੀਂ ਲੱਗਦਾ ਆਪਦਾ ਟਰੈਕਟਰ ਬਾਕੇ ਚੈੱਕ ਕਰਕੇ ਲਿਆ ਕਰੋ ਠੀਕ ਆ ਜੀ ਤੋਂ ਵੀਡੀਓ ਗਰਮ ਵੀ ਟਰੈਕਟਰ ਕਿਵੇਂ ਹੁੰਦਾ ਤੇ ਜਿਹੜੇ ਜਿਹੜੇ ਸੱਜਣਾ ਨੂੰ ਇਸ ਕਿਸਮ ਦੀ ਪ੍ਰੋਬਲਮ ਹੋ ਆਪਣਾ ਜਰੂਰ ਚੈੱਕ ਕਰਨ ਕੀ ਆ ਜੇ ਸਾਰੇ ਹੀਲੇ ਵਰਤਲੇ ਫਿਰ ਉਹ ਇੰਜਣੇ ਪਟਣਾ ਪਊ ਸੋ ਭਾਈ ਬਣ ਕੇ ਵੀਰੇ ਮੈਨੂੰ ਐ ਫੋਨ ਨਾ ਕਰਿਆ ਕਰੋ ਇੱਕ ਪੁੱਛੀ ਜਾਂਦੇ ਨੇ ਭਾਈ ਆਹ ਟਰੈਕਟਰ ਕਿੰਨੇ ਦਾ ਹੋ ਮੈਂ ਵੀਰ ਜੀ ਇਹ ਗੱਲ ਬਿਲਕੁਲ ਨਹੀਂ ਦੱਸਣੀ ਮੇਰਾ ਵੀਡੀਓ ਪਾਉਣ ਦਾ ਕੰਮ ਆ ਮੈਂ ਤੁਹਾਡੇ ਨਾਲ ਕੋਈ ਵਪਾਰ ਦੇਣ ਲੈਣ ਨਹੀਂ ਕਰਦਾ ਮੈਨੂੰ ਨਾ ਟਰੈਕਟਰ ਦਾ ਵੀਰੇ ਰੇਟ ਪੁੱਛਿਆ ਕਰੋ ਆ ਇਨਾ ਕਿੰਨੇ ਦਾ ਇੱਕ ਕੋਈ ਮਾਈਨਰ ਗੱਲ ਆ ਯਾਰ ਮੈਨੂੰ ਫੋਨ ਕਰੋ ਪਰ ਯਾਰ ਐ ਕਿਵੇਂ ਮੈਂ ਬਾਈ ਇਹਦੇ ਆ ਪ੍ਰੋਬਲਮ ਦੱਸ ਕੀ ਵੀਰੇ ਤੁਸੀਂ 300 ਕਿਲੋਮੀਟਰ ਬੈਠੇ ਹੋ ਜੇ ਇੱਕ ਨਾ ਪ੍ਰੋਬਲਮ ਹੱਲ ਹੋਣ ਲੱਗੀਆਂ ਫਿਰ ਮਿਸਤਰੀ ਤੱਕ ਦੀ ਤਾਂ ਕੋਈ ਲੋੜ ਹੀ ਨਹੀਂ ਰਹਿਣੀ ਠੀਕ ਆ ਜੀ ਉਹ ਇਹ ਗੱਲਾਂ ਨਾ ਪੁੱਛਿਆ ਕਰੋ ਜੇ ਕਿਸੇ ਦਾ ਕੋਈ ਟਰੈਕਟਰ ਗਰਮ ਹੁੰਦਾ ਤਾਂ ਆ ਇਹਦਾ ਵੱਡਾ ਇੱਕ ਕਾਰਨ ਹੁੰਦਾ ਆਪਣਾ ਜਿਹੜਾ ਚੈਨਲ ਆ ਇਹ ਇਹ ਜੇ ਵਹਿਮ ਕੱਢਣ ਵਾਸਤੇ ਜ਼ਿੰਮੇਦਾਰਾਂ ਦੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਹਨਾਂ ਵਾਸਤੇ ਹੀ ਬਣਿਆ ਤੁਹਾਡਾ ਪਿਆਰ ਦਿਖਾਉਣ ਵਾਸਤੇ ਬਹੁਤ ਧੰਨਵਾਦ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹ ਪਿਆਰ ਵੀ ਇੰਨਾ ਕਰਦੇ ਨੇ ਕਿ ਗੱਲਾਂ ਹੀ ਛੱਡ ਦੋ ਜਿਹੜੇ ਮੈਨੂੰ ਨਫ਼ਰਤ ਕਰਦੇ ਨੇ ਉਹ ਨਵਰਤ ਵੀ ਇੰਨੀ ਕਰਦੇ ਨੇ ਕਿ ਮਰੇ ਜਾਵੇ ਸੋ ਏਸੀ ਅੱਜ ਦੀ ਵੀਡੀਓ ਬਹੁਤ ਬਹੁਤ ਧੰਨਵਾਦ ਵੀਡੀਓ ਵੀਰੇ ਲੰਬੀ ਹੋ ਗਈ ਅੱਜ ਥੋੜੀ ਜੀ ਤੇ ਕਿਉਂਕਿ ਗੱਲ ਫਿਰ ਇਦਾਂ ਸਮਝ ਨਹੀਂ ਸੀ ਆਉਣੀ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਤੁਹਾਡੇ ਤੇ ਮਿਹਰ ਕਰੇ ਸਰਮਤ ਬਖਸ਼ੇ ਥੈਂਕ ਯੂ